ਸੀ ਪਰ ਸ਼ੁਕਰ ਆ ਉਹਦੇ ਬੂਟ ਬਚ ਗਏ ਸੀ। ਬੇਟਾ ਬਕਵਾਸ ਬੰਦ ਕਰ, ਮੈਂ ਤੇਰਾ ਫਿੱਟੇ ਮੂੰਹ ਜਿਹਾ ਢਾ ਦੇਣਾ ਈ। ਸਰ ਲੇਕਿਨ ਮੈਂ ਤਾਂ ਕਾਮਯਾਬ ਹੋ ਕੇ ਆਇਆ, ਮੈਂ ਕੁੜੀਆਂ ਦਾ ਚਲਾਨ ਨਹੀਂ ਕੀਤਾ। ਤੂੰ ਚੁੱਪ ਕਰਦਾਂਗਾ, ਮੈਂ ਤੇਰੇ ਮੂੰਹ ਤੇ ਕੋਈ ਦਫਾ ਲਾਵਾਂ। ਸਰ ਤੁਸੀਂ 24 ਘੰਟੇ ਗਰਮ ਕਿਉਂ ਰਹਿੰਦੇ ਜੀ? ਜਦੋਂ ਆ ਤੇਰਾ ਸੜਿਆ ਮੂੰਹ ਸਾਹਮਣੇ ਆਉਂਦਾ ਤਾਂ ਸੇਕ ਨਾ ਗਰਮ ਹੋ ਜਾਂਦਾ। ਸਰ ਤੁਸੀਂ ਬਸ ਮੈਨੂੰ ਇਜਾਜ਼ਤ ਦੇ ਦਿਓ, ਇਹ ਸਾਰੇ ਦਹਿਸ਼ਤਗਰਦ ਕਾਲਾ ASI ਖੁਦ ਫੜੇਗਾ। ਲੈ ਫਿਰ ਬੇਟਾ, ਮੇਰੇ ਵੱਲੋਂ ਤੈਨੂੰ ਇਜਾਜ਼ਤ ਆ, ਤੂੰ ਘਰ ਨਿਕਲ ਜਾ। ਸਰ ਤੁਸੀਂ ਫਿਕਰ ਨਾ ਕਰੋ, ਮੈਂ ਉਹਨੂੰ ਛੱਡਣਾ ਨਹੀਂ। ਵੱਟੀ ਤੂੰ ਉਹਦੀ ਲਾਸ਼ ਲੈ ਕੇ ਆਉਂਦਾ ਤਾਂ ਮੈਨੂੰ ਖੁਸ਼ੀ ਹੋਣੀ ਸੀ। ਫੇਰ ਵੀ ਮੈਂ ਤੈਨੂੰ ਇੱਕ ਮੌਕਾ ਦੇਣਾ। ਤਵਾਣਾ ਸਾਹਿਬ ਦੀ ਬੇਟੀ ਨੂਰਾਂ ਹਸਪੀਟਲ ਆ ਰਹੀ ਆ, ਖਿਆਲ ਰੱਖਿਓ। ਆ ਸਦਕਾ ਜਿਹਾ ਵੀ ਨਾਲ ਹੀ ਰੱਖੀ। ਤੁਸੀਂ ਫਿਕਰ ਹੀ ਨਾ ਕਰੋ, ਉਹ ਜੇ ਟਵਾਣਾ ਸਾਹਿਬ ਦੀ ਬੇਟੀ ਆ ਤਾਂ ਸਾਡੀ ਵੀ ਜਿੰਦ ਜਾਣ ਆ। ਲਾਣਤ ਆ ਬੇਟਾ ਤੇਰੇ ਤੇ। ਵੱਡੀ ਨੂਰਾਂ ਇੱਥੇ ਆ ਰਹੀ ਆ, ਬੜੀ ਦੇਰ ਹੋ ਗਈ ਉਹਨੂੰ ਵੇਖਿਆ। ਉਹਨੂੰ ਭੈਣ ਹੀ ਸਮਝੀ। ਵੱਡੀ ਭੈਣ ਤੇ ਹਰ ਫਿਲਮ 'ਚ ਤੇਰੀ ਹੁੰਦੀ ਆ। ਲਾਣਤ, ਵੱਡੀ ਨੂਰਾਂ ਤੇ ਤਾਂ ਨੂਰ ਆ ਗਿਆ। ਵੱਡੀ ਭੈਣ, ਭੈਣ ਕਾਲੇ ਜੱਫੀ ਤੇ ਪਾਲੇ। ਮੇਰੇ ਅੱਬੂ ਨੂੰ ਗੋਲੀ ਕਿਨੇ ਮਾਰੀ ਆ? ਕੋਈ ਨੀ, ਹੁਣ ਠੀਕ ਨੇ ਉਹ। ਮੈਂ ਵੇਖ ਕੇ ਆਈ। ਆਈਏ ਨਹੀਂ, ਆਈਏ ਬੇਹੋਸ਼ ਨੇ। ਮਾਫ ਕਰੀ ਨੂਰਾ, ਮੇਰੀ ਗਲਤੀ ਆ, ਉਹ ਮੇਰੇ ਕੋਲ ਬਚ ਕੇ ਨਿਕਲ ਗਿਆ। ਸੌਰੀ। ਤੁਹਾਨੂੰ ਦੋਵਾਂ ਨੂੰ ਮੇਰੇ ਨਾਲ ਇੱਕ ਵਾਅਦਾ ਕਰਨਾ ਪਏਗਾ। ਕਾਹਦੀ ਟੈਨਸ਼ਨ ਲੈ ਲਈ ਜੇ? ਮੈਂ ਕਿਹੜਾ ਤੁਹਾਡੇ ਕੋਲੋਂ 100 ਵਾਲਾ ਕਾਰਡ ਮੰਗ ਲਿਆ ਜੇ? ਮੈਨੂੰ ਤੇ ਅੱਬੇ ਦਾ ਦੁਸ਼ਮਣ ਚਾਹੀਦਾ, ਜ਼ਿੰਦਾ ਜਾਂ ਮੁਰਦਾ। ਮੁਸ਼ਕਲ। ਤੂੰ ਫਿਰ ਕਾਹਦਾ ਪੱਟੀ ਆ? ਠੀਕ ਆ, ਵਾਅਦਾ ਕਰਦਾ। ਮੇਰਾ ਵੀ ਵਾਅਦਾ। ਮਿਹਰਬਾਨੀ। ਨੂਰਾ, ਤੈਨੂੰ ਪਤਾ ਤੇਰਾ ਅੱਬਾ ਕਿਸੇ ਗੈਂਗ ਦਾ ਦੱਸਣ ਲੱਗਾ ਸੀ? ਹਾਂ ਹਾਂ, ਮੈਨੂੰ ਪਤਾ। ਕੁਝ ਦਿਨ ਪਹਿਲੇ ਅੱਬੇ ਨੇ ਮੈਨੂੰ ਇੱਕ ਲਿਫਾਫਾ ਦਿੱਤਾ ਸੀ ਤੇ ਕਿਹਾ ਸੀ ਜੇ ਮੈਂ ਫੁੜਕ ਗਿਆ ਤੇ ਲਿਫਾਫਾ ਤੂੰ ਹਾਂ ਬੋਲ ਭੱਟੀ ਨੂੰ ਦੇ ਦੇਈ। ਤੇ ਉਹ ਲਿਫਾਫਾ ਮੈਂ ਸਾਂਭ ਕੇ ਰੱਖਿਆ ਹੋਇਆ ਹੈ। ਜਿੱਥੇ ਮੈਂ ਕਰਾਟੇ ਸਿਖਾਉਣੀ ਹੈ ਨਾ, ਲਿਫਾਫਾ ਉੱਥੇ ਪਿਆ ਹੋਇਆ ਹੈ। ਤੇ ਮੇਰਾ ਕਲੱਬ ਜਨਾਹ ਕਲੋਨੀ ਹੈ। ਬੰਦਿਆਂ ਦੀ ਲੜਾਈ ਚ ਖੋਤਿਆਂ ਦਾ ਕੋਈ ਕੰਮ ਨਹੀਂ। ਤੇ ਫਿਰ ਪੱਟੀ ਤੂੰ ਵਿੱਚ ਕੀ ਕਰਨ ਆ? ਇਹ ਚੀਨੀਆਂ ਦੀ ਲੜਾਈ ਏ ਪੱਟੀ। ਭਾਵੇਂ ਤੂੰ ਵੀ ਚੀਨੀ ਆ, ਪਰ ਤੂੰ ਮੇਰੇ ਤੋਂ ਜ਼ਿਆਦਾ ਚੀਨੀ ਨਹੀਂ ਬੋਲ ਸਕਦਾ। ਲੈ ਸੁਣ ਫਿਰ ਬੱਚੇ। ਚੀ ਪਟਾਕ ਦਮ ਪੁਖਤ ਕੜਿੰਬਾ ਉਰਲਾ ਚਬਨ ਚਬੀਰ ਚਬਾਰੋ ਪਰਲਾ ਪਵਨ ਪਬੀਰ ਪਬਾਰੋ ਹਰਬਲ ਕਿੰਨੀ ਨਾਰ ਦੀ ਦਮ ਯਾ ਘਸੂਨਾ ਪੜਪੜੀਆਂ। ਮੈਂ ਨਾ ਤੇਰੀ ਪੁੜਪੜੀ ਪਾੜ ਦੇਣੀ। ਤੂੰ ਉਹ ਖੋਤਾ ਜਿਹੜਾ ਨਾ ਉੱਡ ਸਕਦਾ ਨਾ ਵੱਢ ਸਕਦਾ, ਤੇਰਾ ਮੇਰੇ ਨਾਲ ਕੋਈ ਕੰਮ ਨਹੀਂ। ਪੱਟੀ, ਮੈਂ ਤੈਨੂੰ ਕੱਲੇ ਨੂੰ ਤੇ ਇਹ ਮਿਸ਼ਨ ਪੂਰਾ ਕਰਨ ਹੀ ਨਹੀਂ ਦੇਣਾ। ਮੈਂ ਵੀ ਨਾਲ ਜਾਵਾਂਗਾ। ਨਹੀਂ, ਮੇਰੀ ਗੱਲ ਸੁਣ ਪੱਟੀ, ਵਾਅਦਾ ਕਰਦਾ ਕੋਈ ਸ਼ਰਾਰਤ ਨਹੀਂ ਹੋਊਗੀ। ਚੱਲੀਏ ਹੁਣ? ਨਹੀਂ, ਮੈਂ ਨਹੀਂ ਤੈਨੂੰ ਲੈ ਕੇ ਜਾਣਾ। ਨਹੀਂ, ਸੋਚੀ ਵੀ ਨਾ। ਬਸ ਬਈ ਬਸ, ਸਾਰੇ ਇਧਰ ਧਿਆਨ ਦਿਓ ਮੇਰੇ ਵੱਲ। ਮੇਰਾ ਨਾਂ ਹੈ ASI ਕਾਲਾ ਤੇ ਇਹ ਇੰਸਪੈਕਟਰ ਪੱਟੀ। ਅਸੀਂ ਇੱਥੇ ਨੂਰਾਂ ਦੇ ਦਰਾਜ਼ ਦੀ ਤਲਾਸ਼ੀ ਲੈਣ ਆਏ ਆ। ਇੱਥੇ ਮਾਸਟਰ ਕੋ ਪੁੱਛਿਓ ਬਗੈਰ ਚਿੜੀ ਵੀ ਨਹੀਂ ਪਰ ਮਾਰਦੀ। ਇਹਦੀ ਕੀ ਵਜ੍ਹਾ ਜੀ? ਚਿੜੀਆਂ ਦੇ ਸੈੱਲ ਮਾਸਟਰ ਕੋ ਆਉਂਦੇ ਨੇ। ਉਹ ਖਲੋ ਜਾ ਭਾਈ, ਤੂੰ ਆਲੇ ਵਾਪਸ ਆ ਜਾ। ਵਜ੍ਹਾ? ਓ, ਤੁਸੀਂ ਕੀ ਮੇਰੇ ਜਾਲੇ ਲਾਉਣ ਲੱਗੇ ਜੀ? ਗੰਡਾਸਾ ਕਦੀ ਵੀ ਨਹੀਂ ਅੰਜ ਫੜੀਦਾ। ਇਸ ਐਕਸ਼ਨ ਦਾ ਮੈਂ ਤੁਹਾਨੂੰ ਇੱਕ ਪੁਆਇੰਟ ਵੀ ਨਹੀਂ ਦੇਣਾ। ਗੁੱਸਾ ਨਾ ਕਰਨਾ, ਇਹ ਪਾਗਲ। ਓਏ, ਤੂੰ ਤੇ ਥੱਲੇ ਰੱਖ ਦੇ, ਨੱਕ ਤੇ ਨਾ ਮਾਰ ਦੇ। ਏ, ਮਰ ਗਿਆ। ਠੀਕ ਹੋ ਗਈ ਤੇਰੀ ਕਿੱਕ। ਏਦਾਂ ਤੁਸੀਂ ਸਾਰੇ ਕਿੱਕ ਮਾਰਿਆ ਕਰੋ। ਕਾਲੇ ਨੂੰ ਕਾਲੀ ਬੈਲਟ ਬੰਨਣ ਤੇ ਮਜਬੂਰ ਨਾ ਕਰੋ। ਪਰਾਂ ਹੋ ਜਾਓ, ਅੱਗੋਂ ਮੈਨੂੰ ਦਰਾਜ਼ ਤੱਕ ਜਾਣ ਦਿਓ, ਨਹੀਂ ਤੇ ਮੈਂ ਕੱਲੇ ਕੱਲੇ ਨੂੰ ਚੁੜੇਲ ਦਾ ਬੱਚਾ ਸਮਝ ਕੇ ਖਾ ਜਾਊਗਾ। ਪਰੇ ਹੋ ਜਾਓ, ਬਚ ਗਏ ਹੋ ਸਾਰੇ, ਨਹੀਂ ਤੇ ਕਾਲੇ ਦਾ ਗੁੱਸਾ ਕਿੰਨੇ ਠੰਡਾ ਕਰਨਾ ਸੀ। ਕਾਲੇ, ਮੈਂ ਤੈਨੂੰ ਕਹਿੰਦਾ ਵਾਪਸ ਆ ਜਾ। ਵਾਹ ਬਈ, ਇੱਥੇ ਤੇ ਆਲਮ ਚੰਨਾ ਵੀ ਕਰਾਟੇ ਸਿੱਖਣ ਆਉਂਦਾ। ਮੈਂ ਉਹ ਭਾਜੀ ਮੋਟਰ ਦਾ ਬਟਨ ਚਲਾਉਣ ਆਇਆ ਸੀ, ਲੈਟਰਿਨ 'ਚ ਪਾਣੀ ਹੈ ਨਹੀਂ ਨਾ। ਬੜੀ ਇਹਨੂੰ ਮੇਰੀ ਧੌਣ ਲੰਬੀ ਕਰਨ ਲੱਗਾਈ। ਇਹ ਕੀ ਹੈ? ਇਹਨੂੰ ਮੈਂ ਕਿਹਾ ਸੀ ਨਾ ਉਧਰ ਨਾ ਜਾ। ਓਏ, ਫੇਰ ਆ ਗਈ ਬੱਟੀ। ਪੱਟੀ ਓਏ ਓਏ, ਮੈਂ ਮਰ ਗਿਆ, ਮੇਰਾ ਕਿੱਟਾ।